The streets erupted in running battles, with farmers and their supporters pitted against riot police. At one point, they tore down barricades and occupied the Red Fort, a 380-year-old historical site in New Delhi. For 2 months now, thousands of farmers have been encamped in the area, fighting against laws introduced last year deregulating parts of the country's huge agricultural sector. We will not go to our homes. We will not go anywhere until the laws are repealed, whatever happens. No farmers! No food! In snowy Toronto, a crowd gathered in support. Well, the weather is not on our side, but the commitment here certainly is that all these individuals who are praying in hopes of a better future for their families back in India. This gathering in New York was just one of many where people turned out in opposition to India's Prime Minister Narendra Modi's new farm policies. Modi says the changes will allow farmers to prosper in a freer market, but millions of small landholders fear the loss of subsidies will wipe them out. We will continue to support the farmers. It's not just the people from Punjab and India supporting them, it's people all over the world supporting them. But our people, our families that are there. Many at today's protest have close connections to those on India's farms. The farmers themselves have camped out for 2 months now and they're ready with 6 months to a year. They're not going anywhere. So this is not going to end the way the Indian government thought it was going to. After months of protests and now street battles, the... Sat Sri Akal, Veeru. Sat Sri Akal, Ji. Haakampa Ji, jada... ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਸਿੱਖ ਭਰਾਵਾਂ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਜ਼ੁਲਮ ਹੋ ਰਿਹਾ ਮੋਦੀ ਕਰ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਵੀਰ ਜੀ ਗੱਲ ਇਸ ਤਰ੍ਹਾਂ ਕਿ ਸਾਡੇ ਤਿੰਨ ਕਾਨੂੰਨ ਪਾਸ ਕੀਤੇ ਨਾ ਉਹਨਾਂ ਇਹ ਕਿਸਾਨ ਦੁਸ਼ਮਣ ਕਾਨੂੰਨ ਕਿਸਾਨ ਦੁਸ਼ਮਣ ਕਾਨੂੰਨ ਬੜਾ ਅੱਛਾ ਲਫ਼ਜ਼ ਹੈ ਇਹ ਬਿਲਕੁਲ ਉਹਨਾਂ ਦੇ ਖਿਲਾਫ਼ ਨੇ ਉਹਨਾਂ ਦੀ ਮੁਆਸ਼ੀਆਤ ਉਹਨਾਂ ਦੇ ਜਿਹੜਾ ਵੀ ਉਹ ਪੇ ਕਰਦੇ ਨੇ ਬੀਜ ਲੈਂਦੇ ਨੇ ਫਸਲਾਂ ਵਾਸਤੇ ਦਵਾਈਆਂ ਲੈਂਦੇ ਨੇ ਖਾਦਾਂ ਲੈਂਦੇ ਨੇ ਉਹਨਾਂ 'ਤੇ ਟੈਕਸ ਪੇ ਕੀਤਾ ਜਾਂਦਾ ਵੇ ਠੀਕ ਹੈ ਹਰ ਚੀਜ਼ ਦਾ ਉਹ ਪੇ ਕਰਦੇ ਨੇ ਗੌਰਮੈਂਟ ਠੀਕ ਹੈ ਫਿਰ ਵੀ ਗੌਰਮੈਂਟ ਉਹਨਾਂ ਕੋਲੋਂ ਇਹ ਤਿੰਨ ਜਿਹੜੇ ਕਾਨੂੰਨ ਨੇ ਇਹਨਾਂ ਦੀ ਡਿਟੇਲ ਅਸੀਂ ਬਾਅਦ 'ਚ ਤੁਹਾਨੂੰ ਦੱਸ ਦਿਆਂਗੇ ਇਹਦੇ ਵਿੱਚ ਉਹਨਾਂ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੋਹ ਲਿੱਤੀਆਂ ਗਈਆਂ ਨੇ ਉਹਨਾਂ ਦੇ ਮੂੰਹ ਦਾ ਨਵਾਲਾ ਉਹਨਾਂ ਦੇ ਬੱਚਿਆਂ ਦੇ ਮੂੰਹ ਦੇ ਨਵਾਲੇ ਉਹਨਾਂ ਦੇ ਆਪਣੇ ਮੂੰਹ ਦੇ ਨਵਾਲੇ ਉਹਨਾਂ ਕੋਲੋਂ ਖੋਹ ਲਿੱਤੇ ਗਏ ਨੇ ਥਰਡ ਪਰਸਨ ਜਿਹੜਾ ਹੈ ਆਪ ਬਣ ਗਈ ਹੈ ਗੌਰਮੈਂਟ ਵਿੱਚ ਇਹਦਾ ਮੋਦੀ ਹੈ ਇਹ ਬਹੁਤ ਹੀ ਬੇਵਕੂਫਾਨਾ ਹਰਕਤ ਕਰ ਰਹੇ ਇਹਨਾਂ ਨੂੰ ਇਹ ਤਿੰਨੋਂ ਕਾਨੂੰਨ ਜਿਹੜੇ ਨੇ ਵਾਪਸ ਲੈਣੇ ਪੈਣਗੇ ਜੇ ਇਹ ਨਹੀਂ ਲੈਂਦੇ ਅਸੀਂ ਤਾਂ ਵੀ ਉਹਨਾਂ ਦੇ ਨਾਲ ਹੀ ਖੜ੍ਹੇ ਹਾਂ ਜੇ ਲੈਂਦੇ ਨੇ ਤਾਂ ਵੀ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ ਖੜ੍ਹੇ ਹਾਂ ਕਿਉਂਕਿ ਅਸੀਂ ਆਪ ਕਿਸਾਨ ਫੈਮਿਲੀ ਨਾਲ ਤਲਕ ਰੱਖਣ ਵਾਲੇ ਹਾਂ ਸਾਡਾ ਕਿਸਾਨ ਅਸੀਂ ਪੰਜਾਬੀ ਹਾਂ ਕਿਸਾਨ ਜਿਹੜੇ ਲੋਕ ਹੁੰਦੇ ਆ ਇਹਨਾਂ ਦਾ ਕੋਈ ਰਿਲੀਜਨ ਨਹੀਂ ਹੁੰਦਾ ਠੀਕ ਹੈ ਕਿਸਾਨ ਦਾ ਕੋਈ ਮੁਲਕ ਨਹੀਂ ਹਾਲਾਂਕਿ ਅਸੀਂ ਆਜ਼ਾਦੀ ਤੌਰ ਤੇ ਖੇਤੀਬਾੜੀ ਨਹੀਂ ਕਰਦੇ ਲੇਕਿਨ ਅਸੀਂ ਪੰਜਾਬੀ ਆ ਪੰਜਾਬੀ ਸਾਡੇ ਵੱਡੇ ਕਰਦੇ ਰਹੇ ਨੇ ਖੇਤੀਆਂ ਕਰਦੇ ਰਹੇ ਨੇ ਸਾਡੇ ਉਹ ਅਸੀਂ ਵੇਖਦੇ ਰਹੇ ਉਹਨਾਂ ਸਾਰਿਆਂ ਨੂੰ ਤੇ ਇਹ ਜਾਤੀ ਹੈ ਬਹੁਤ ਵੱਡੀ ਜਾਤੀ ਹੈ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਨੇ ਠੀਕ ਕੀਤਾ ਆਪਣੇ ਹੱਕ ਦੀ ਖਾਤਰ ਉਹਨਾਂ ਨੇ ਕੀਤਾ ਉਹਨਾਂ ਦੇ ਵਿੱਚੋਂ ਇੱਕ ਭਾਈ ਦੀ ਜਾਨ ਵੀ ਚਲੀ ਗਈ ਉਹਦੇ ਹਾਂਜੀ ਬਿਲਕੁਲ ਗਈ ਤੁਸੀਂ ਵੀ ਵੇਖਿਆ ਹੋਏਗਾ ਸਾਰੇ ਵੀਰਾਂ ਨੂੰ ਪਤਾ ਹੋਏਗਾ ਅਤੇ ਇਹ ਕੋਈ ਉਹਨਾਂ ਦਾ ਪੁੱਛਣ ਗਿੱਛਣ ਵਾਲਾ ਨਹੀਂ ਹੈ ਉਹਨਾਂ ਨੂੰ ਉਹਨਾਂ ਨੇ ਤਾਂ ਇਹ ਸਟੈਪ ਕੀਤਾ ਅੱਗੇ ਆਏ ਨੇ ਨਹੀਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਡੀਗ੍ਰੇਡ ਕੀਤਾ ਜਾ ਰਿਹਾ ਸੀ ਦਬਾਅ ਦੇ ਵਿੱਚ ਰੱਖਿਆ ਜਾ ਰਿਹਾ ਸੀ ਉਹਨਾਂ ਨੂੰ ਅਤੇ ਹਾਕਮ ਭਾਈ ਤੁਸੀਂ ਇਮੈਜਿਨ ਕਰ ਸਕਦੇ ਹੋ ਇੰਡੀਆ ਦੀ ਪਾਪੂਲੇਸ਼ਨ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਚਾਈਨਾ ਤੋਂ ਬਿਲਕੁਲ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਹੀ ਗੱਲ ਦੁਨੀਆ ਦੇ ਕੰਟਰੀ 'ਚੋਂ ਇੰਨੀ ਵੱਡੀ ਪਾਪੂਲੇਸ਼ਨ ਨੂੰ ਜਿਹੜਾ ਬੰਦਾ ਡੀਲ ਕਰ ਰਿਹਾ ਨਰਿੰਦਰ ਮੋਦੀ ਡਿਜ਼ਰਵ ਕਰਦਾ ਨਾ ਜੀ ਨਾ ਬਿਲਕੁਲ ਤੁਸੀਂ ਆਪ ਇਮੈਜਿਨ ਕਰੋ ਸਾਡੇ ਪਾਕਿਸਤਾਨ ਦੇ ਵਿੱਚ ਉਹਨੂੰ ਸੈਂਸ ਹੀ ਨਹੀਂ ਗਈ ਵੀਰ ਜੀ ਉਹਨੂੰ ਸੈਂਸ ਹੀ ਨਹੀਂ ਗਈ ਨਾ ਉਹ ਕੋਈ ਮੁਲਕ ਚਲਾ ਸਕਦਾ ਨਾ ਕੋਈ ਉਦਾਰਾ ਚਲਾ ਸਕਦਾ ਚਲੋ ਮੰਨ ਲਿਆ ਚੰਗਾ ਬੰਦਾ ਮੈਂ ਮੰਨ ਲਿਆ ਚੰਗਾ ਬੰਦਾ ਮੁਸ਼ਕਲ ਹੀ ਸਪੋਜ਼ ਹੈ ਨਹੀਂ ਮੰਨ ਲਿਆ ਚੰਗਾ ਬੰਦਾ ਅੱਛਾ ਠੀਕ ਕੰਟਰੀ ਨੂੰ ਚਲਾਉਣਾ ਹੈ ਯਾਰ ਇੰਡੀਆ ਵਰਗੀ ਕੰਟਰੀ ਨੂੰ ਹਿਊਜ ਕੰਟਰੀ ਹੈ ਬਹੁਤ ਵੱਡੀ ਕੰਟਰੀ ਹੈ ਉਹਨੂੰ ਡੀਲ ਕਰਨਾ ਹੈ ਉਹਦੇ ਡਿਪਾਰਟਮੈਂਟਸ ਨੂੰ ਡੀਲ ਕਰਨਾ ਹੈ ਉਹਦੇ ਹਰ ਸੂਬੇ ਨੂੰ ਡੀਲ ਕਰਨਾ ਹੈ ਉਹਨਾਂ ਦੇ ਲੋਕਾਂ ਦੇ ਪ੍ਰੋਬਲਮਸ ਨੂੰ ਸੋਲਵ ਕਰਨਾ ਹੈ ਮੋਦੀ ਉਸ ਲੈਵਲ ਦਾ ਬੰਦਾ ਹੀ ਨਹੀਂ ਉਹਦੀ ਮੈਂਟੈਲਿਟੀ ਉਸ ਲੈਵਲ ਦੀ ਹੈ ਹੀ ਨਹੀਂ ਬਿਲਕੁਲ ਸਹੀ ਕਿਹਾ ਉਹਦੀ ਮੈਂਟੈਲਿਟੀ ਇਸ ਲੈਵਲ ਦੀ ਨਹੀਂ ਹੈਗੀ ਤੁਸੀਂ ਦੋਸਤੋ ਕਮੈਂਟ ਕਰਕੇ ਮੈਨੂੰ ਦੱਸੋ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਉਹ ਵੀ ਤੁਸੀਂ ਦੇਖੀਏ ਉਸ ਤੋਂ ਬਾਅਦ ਸਾਡਾ ਰਿਵਿਊ ਵੀ ਦੇਖਿਆ ਤੁਸੀਂ ਦੱਸੋ ਕਿ ਅਸੀਂ ਗਲਤ ਕਿਹਾ ਆਪਣੇ ਕਮੈਂਟਸ ਦੇ ਵਿੱਚ
अपनी राय का अपनी राय दो ते चैनल सब्सक्राइब करो ते बेल आइकन सत श्री अकाल सलाम।